ਜਿਹੜੀ 11 ਤਰੀਕ ਨੂੰ ਚੋਣ ਹੋਣ ਜਾ ਰਹੀ ਹੈ ਲੋਕ ਸਭਾ ਦੀ, ਪਹਿਲਾਂ ਤਾਂ ਮੈਂ ਆਪਣੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਸਵਰਗੀਏ ਸ੍ਰੀ ਵਿਨੋਦ ਖੰਨਾ ਜੀ ਨੂੰ ਸ਼ਰਧਾਂਜਲੀ ਦਿੰਦਾ ਔਰ ਸਹੀ ਰੂਪ ਵਿੱਚ ਮੈਂ ਸਮਝਦਾ ਵਿਨੋਦ ਖੰਨਾ ਜੀ ਜੋ ਸਾਡੇ ਮਿੱਤਰ ਤੁਹਾਡੇ ਪਿਆਰੇ ਮੇਰੇ ਨਾਲ ਲੋਕ ਸਭਾ ਵਿੱਚ ਰਹੇ, ਤੁਹਾਡਾ ਦਰਦ ਬਣਾਉਣ ਵਾਲੇ, ਸਹੀ ਮਹੀਨਿਆਂ ਵਿੱਚ ਉਹਨਾਂ ਨੂੰ 11 ਤਰੀਕ ਨੂੰ ਸ਼ਰਧਾਂਜਲੀ ਹੋਏਗੀ ਜਦੋਂ ਤੁਸੀਂ ਕਮਲ ਦਾ ਫੁੱਲ ਦਬਾ ਕੇ ਸਲਾਰੀਆ ਸਾਹਿਬ ਨੂੰ ਉਹਨਾਂ ਦੀ ਥਾਂ 'ਤੇ ਲੋਕ ਸਭਾ ਵਿੱਚ ਬਿਠਾਓਗੇ। ਵੀਰੋ, ਇਹ ਚੋਣ ਨਹੀਂ, ਇਹ ਤਾਂ ਤੁਹਾਡੇ ਫੈਸਲੇ ਨੂੰ ਤੁਸੀਂ ਆਪ ਸਹੀ ਪਾਉਣੀ ਆ। ਕੋਈ ਇਨਕੁਆਇਰੀ ਹੋਵੇ ਭਾਵੇਂ SSP ਸਾਹਿਬ ਕਰਨ, IG ਸਾਹਿਬ ਕਰਨ, BDO DDPO ਕਰੇ, ਜਿਹੜੀ ਕੋਈ ਇੱਕ ਬੰਦਾ ਇਨਕੁਆਇਰੀ ਕਰਕੇ ਰਿਪੋਰਟ ਦੇ ਦਿੰਦਾ, ਦੁਬਾਰਾ ਕਿਤੇ ਆਪਣੀ ਕਰੀ ਰਿਪੋਰਟ 'ਤੇ ਉਹ ਉਲਟ ਨਹੀਂ ਕਦੇ ਦਸਖਤ ਕਰਦਾ। ਸੋ ਗੁਰਦਾਸਪੁਰ ਵਾਲਿਓ, ਤੁਸੀਂ ਪਿਛਲੀ ਚੋਣ ਦੇ ਵਿੱਚ ਇਹ ਮੋਹਰ ਲਾਈ ਅਕਾਲੀ ਦਲ BJP ਨੂੰ ਜਿਤਾ ਕੇ, ਅਤੇ 11 ਤਰੀਕ ਨੂੰ ਆਪਣੀ ਰਿਪੋਰਟ 'ਤੇ ਸਹੀ ਪਾਉਣੀ ਆ। ਮੈਂ ਕਹਿਣਾ ਚਾਹੁੰਦਾ ਇਹ ਉਮੀਦਵਾਰ ਜਿਹੜਾ ਆਪਾਂ ਲੋਕ ਸਭਾ 'ਚ ਭੇਜਦੇ, ਇਹ ਤੋਂ ਕੋਈ ਝੋਨਾ ਨਹੀਂ ਲਵਾਉਣਾ ਹੁੰਦਾ, ਕੋਈ ਮੱਕੀ ਨਹੀਂ ਗਡਾਉਣੀ ਹੁੰਦੀ, ਲੋਕ ਸਭਾ ਦੇ ਮੈਂਬਰਾਂ ਨੇ ਤੁਹਾਡੀ ਵਕਾਲਤ ਕਰਨੀ ਹੁੰਦੀ ਆ। ਮੈਨੂੰ ਇਸ ਗੱਲ ਦਾ ਅਹਿਸਾਸ ਆ, ਜੇ ਮਾੜਾ ਬੰਦਾ ਹੋਵੇ ਲੋਕ ਸਭਾ 'ਚ ਗਿਆ ਕਿੰਨਾ ਨੁਕਸਾਨ ਹੁੰਦਾ। ਮੈਂ ਭਾਰ ਦੇ ਗ੍ਰਹਿ ਮੰਤਰਾਲੇ ਦੀ ਕਮੇਟੀ ਲੈ ਕੇ ਆਇਆ ਬਾਰਡਰ ਏਰੀਏ ਦੀਆਂ ਸਮੱਸਿਆਵਾਂ ਦੱਸਣ ਲਈ। ਆਹ ਮੇਰੇ ਮਿੱਤਰ ਲੰਗਾਹ ਸਾਹਿਬ ਹੋ ਰਹੀ, ਕਾਲੋ ਸਾਹਿਬ ਹੋ ਰਹੀ, ਸ਼ੇਖਮਾ ਸਾਹਿਬ ਹੋ ਰਹੀ ਔਰ ਸਾਡੇ ਸਾਰੇ MLA ਸਾਡੇ ਬਟਾਲੇ ਵਾਲੇ ਸਾਡੇ ਮਿੱਤਰ ਸਾਰੇ ਇਹ ਰੌਲਾ ਪਾਉਂਦੇ ਸੀ ਵੀ ਬਾਰਡਰ ਏਰੀਏ ਦੇ ਲੋਕ ਔਖੇ ਨੇ। ਅਸੀਂ ਗ੍ਰਹਿ ਮੰਤਰਾਲੇ ਦੀ ਕਮੇਟੀ ਅੰਮ੍ਰਿਤਸਰ ਲੈ ਕੇ ਆਏ, ਗੁਰਦਾਸਪੁਰ ਲੈ ਕੇ ਆਏ। ਤੁਸੀਂ ਯਕੀਨ ਕਰਿਓ ਉੱਥੋਂ ਦਾ ਮੈਂਬਰ ਪਾਰਲੀਮੈਂਟ ਉਦੋਂ ਕੈਪਟਨ ਅਮਰਿੰਦਰ ਸਿੰਘ ਸੀ, ਉਹ ਪਹੁੰਚੇ ਹੀ ਨਾ। ਆਹ ਮਜੀਠੀਆ ਸਾਹਿਬ, ਰਣੀਕੇ ਸਾਹਿਬ, ਹੋਰ ਸਾਡੇ ਬੰਦੇ ਪਹੁੰਚ ਗਏ, MP ਪਹੁੰਚਿਆ ਨਾ। ਬੰਗਾਲ ਦਾ ਜਿਹੜਾ MP ਸੀ, ਉਹ ਚੇਅਰਮੈਨ ਸੀ, ਉਹਨੇ ਕਮੈਂਟ ਪਤਾ ਕੀ ਕੀਤੇ ਮੈਨੂੰ, ਕਹਿੰਦਾ ਇੱਥੋਂ ਦਾ MP ਕੌਣ ਆ, ਉਹ ਤਾਂ ਬੋਲ ਨਹੀਂ ਰਿਹਾ, ਤੁਹਾਡਾ ਨਾਨਕਾ ਤਾਂ ਆਨੰਦਪੁਰ ਸਾਹਿਬ ਆ, ਤੁਸੀਂ ਵਕਾਲਤ ਕਰੀ ਜਾਂਦੇ ਹੋ। ਮੈਂ ਦੋ ਵਾਰੀ ਚੁੱਪ ਰਿਹਾ, ਉਹ ਵਾਰ ਵਾਰ ਪੁੱਛੀ ਜਾਵੇ। ਮਗਾ ਜਿਹੜਾ ਅੰਮ੍ਰਿਤਸਰ ਦਾ MP ਆ ਕੈਪਟਨ ਅਮਰਿੰਦਰ ਸਿੰਘ, ਉਹਦੀ ਤਾਂ ਸਾਡੇ ਪੰਜਾਬੀ ਦਾ ਇੱਕ ਗੀਤ ਆ, ਅੱਧੀ ਤੇਰੀਆਂ ਮਲਾਜੇ ਦਾਰਾ ਅੱਧੀਆਂ ਗਰੀਬ ਜੱਟ ਦੀ, ਉਹ ਪਾਕਿਸਤਾਨ ਵਾਲਿਆਂ ਦੇ ਉਲਟ ਕਿਵੇਂ ਬੋਲੇਗਾ। ਅੱਜ ਸਾਡੇ ਹਿੰਦੁਸਤਾਨ ਦਾ ਮਾਣ ਰੱਖਿਆ ਐਕਸਟਰਨਲ ਅਫੇਅਰ ਮੰਤਰੀ ਸੁਸ਼ਮਾ ਸਵਰਾਜ ਨੇ, ਉੱਥੇ ਜੋ ਝਾੜ ਪਾਈ ਪਾਕਿਸਤਾਨ ਨੂੰ, ਪਾਕਿਸਤਾਨ ਵਾਲਿਆਂ ਨੇ ਬਦਲਾ ਲਿਆ ਇਹ ਕਿਸੇ ਹੋਰ ਦੇਸ਼ ਦੀ ਔਰਤ ਦਿਖਾ ਕੇ। ਮੈਂ ਕੱਲ੍ਹ ਸੁਸ਼ਮਾ ਸਵਰਾਜ ਜੀ ਨੂੰ ਕਿਹਾ ਸੀ, ਮੈਂ ਜੇ ਬਹੁਤੇ ਜ਼ਿਆਦਾ ਨੰਗੇ ਕਰਨੇ ਸੀ ਪਾਕਿਸਤਾਨ ਵਾਲੇ ਜਿਹੜੇ ਕਹਿੰਦੇ ਹਿੰਦੁਸਤਾਨ 'ਚ ਔਰਤਾਂ ਦਾ ਅਪਮਾਨ ਹੁੰਦਾ, ਉਹਨਾਂ ਨੂੰ ਪੰਜਾਬ ਲਿਆਉਣਾ ਸੀ ਮੁੱਖ ਮੰਤਰੀ ਸਾਹਿਬ ਦੀ ਕੋਠੀ, ਉੱਥੇ ਦਿਖਾਉਣਾ ਸੀ ਕਿਵੇਂ ਸ਼ਾਹੀ ਘਰਾਣਿਆਂ ਵਾਂਗ ਪਾਲਦੇ ਆ ਪਾਕਿਸਤਾਨ ਦੀਆਂ ਔਰਤਾਂ ਨੂੰ। ਸੋ ਇਸ ਕਰਕੇ ਵੀਰੋ, ਮੈਂ ਇਹ ਕਹਿਣਾ ਚਾਹੁੰਦਾ ਕਿ ਸਲਾਰੀਆ ਸਾਹਿਬ ਵਰਗਾ ਬੰਦਾ ਜੇ ਸਾਡੇ ਨਾਲ ਲੋਕ ਸਭਾ ਵਿੱਚ ਹੋਏਗਾ ਤਾਂ ਇਸ ਇਲਾਕੇ ਦੀਆਂ, ਸਰਹੱਦ ਦੇ ਇਲਾਕੇ ਦੀਆਂ, ਸਰਹੱਦ ਤੋਂ ਪਾਰ, ਤਾਰ ਤੋਂ ਪਾਰ ਲੋਕਾਂ ਨੂੰ ਮੁਆਵਜ਼ਾ ਦੇਣ ਦੀਆਂ, ਇੱਥੇ ਸਕੂਲ, ਹਸਪਤਾਲ, ਸੜਕਾਂ ਬਣਾਉਣ ਦੀਆਂ ਮੈਨੂੰ ਪਤਾ ਬੜੀਆਂ ਸਮੱਸਿਆਵਾਂ ਨੇ, ਉਹ ਸਾਰੀਆਂ ਸਮੱਸਿਆਵਾਂ ਦਾ ਹੱਲ ਇਹੀ ਹੈ ਦਿਨ ਮਹਿੰਦਾ ਤੁਹਾਡਾ ਆਪਣਾ ਹੋਏਗਾ। ਅੱਜ ਸਾਹ ਸੁਖਬੀਰ ਸਿੰਘ ਬਾਦਲ ਦਾ ਜਹਾਜ਼ ਇੱਥੇ ਨਹੀਂ ਉਤਰਨ ਦਿੱਤਾ, ਅੰਮ੍ਰਿਤਸਰ ਜਾ ਕੇ ਤਾਰਿਆ, ਹੁਣੀ ਲੰਗਾਹ ਸਾਹਿਬ ਗੱਲ ਕਰ ਰਹੇ ਸੀ। ਯਕੀਨ ਕਰਿਓ ਤੁਸੀਂ ਸਲਾਰੀਆ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਇੱਥੋਂ ਦਾ ਬਣਾ ਦਿਓ, ਇਕੱਲੇ ਇਕੱਲੇ ਪਿੰਡ ਜਹਾਜ਼ ਉੱਤਰ ਲਾ ਜਾਣਗੇ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਸੁਣਨ ਲਈ। ਮੈਂ ਇੱਕ ਗੱਲ ਕਹਿ ਕੇ ਬੇਨਤੀ ਸਮਾਪਤ ਕਰਨ ਲੱਗਿਆ, ਆਹ ਗਰਮੀ ਪੈ ਰਹੀ ਆ, ਅੱਜ ਹਾਲ ਜੋ ਪੰਜਾਬ ਦੇ ਲੋਕਾਂ ਦੀ ਮੈਂ ਉਹ ਜ਼ਿਕਰ ਨਹੀਂ ਕਰਦਾ ਕਿ ਕਿੰਨਾ ਝੂਠ ਬੋਲ ਕੇ, ਧੋਖਾ ਦੇ ਕੇ, ਪਹਿਲਾਂ ਕਰਜ਼ਾ ਮਾਫੀ ਦੇ ਮਾਮਲੇ 'ਚ, ਫਿਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਮਾਮਲੇ ਦੇ ਵਿੱਚ ਜੋ ਠੱਗੀ, ਜੋ ਵਿਸ਼ਵਾਸਘਾਤ ਅੱਜ ਦੀ ਸਰਕਾਰ ਨੇ ਕੀਤਾ, ਇਹਦੇ ਦਿਨ ਬਹੁਤੇ ਨਹੀਂ ਹੈ। ਸ਼ੇਖਮਾ ਸਾਹਿਬ ਤਾਂ ਕਹਿੰਦੇ 2 ਸਾਲ, ਲੈ ਯਕੀਨ ਨਾਲ ਮੈਂ ਕਹਿਣਾ ਕਿ ਜਿਸ ਦਿਨ ਤੁਸੀਂ ਸਲਾਰੀਆ ਸਾਹਿਬ ਨੂੰ ਜਿਤਾ ਤਾ,
एक साल के अंदर अंदर पंजाब की चोण भी ना हो जानी है, ये मैं तुहानू जिम्मेवारी ना कहना। आ देखो बेचारे साढ़े शेर लगा साहब वर्गे, शरीफ बंदा कालो साहब वर्गे और शेखमा साहब वर्गे बंदे हराते जे एक साल के अंदर कहते सरपंचा के रिकॉर्ड चक रहे ने, कहते अकाली वर्कर के झूठे केस बना रहे ने, जे झूठे केस बना तो रोकना यकीन करो आ जड़े दस बारह दिन है ना, दस बारह दिन जे किसी का रिकॉर्ड चकन आवे ढालो उन्हू, जे किसी ने कोई झूठा केस बनावे ढालो उन्हू। इन्हों दिनों में कैप्टन अमरिंदर सिंह का राज नहीं है, इन्हों दिनों में मुख चोण कमीशन भारत सरकार का राज आ, और उन्हें असी जाके आए ये साढ़े लीडर से केस बनाए हुए थे, उन्हें कहा कि किसी तरह की जाति नहीं होने देवे, जे तुहाडे ना कोई जाति करदा इन्हां दिनों विच नाले रहसर हो जाएगी, नाले अगे वास्ते रिकॉर्ड चकना बंद हो जाएगा, नाले सदा लई तुहाडे दरवाजे खुले हो जाएंगे। सो किसी नूं हिम्मत नहीं पैनी चाहीदी। मैं आखिर विच इक गल जो सच्चाई आ, मैं एवें नहीं कहा साल च चोण होनी आ, अज जिहड़े मीडिया दे विच अकालियां नूं बीजेपी नूं भंडदा सी जिहड़ा सोशल मीडिया, अज उह सोशल मीडिया ते किहड़े गीत चल रहे ने। मैं गर्मी पै रही थी, लाइट चली गई मोहाली, मैं घर गया, मेरिया पोतियां दो छोटियां, एक हरिंदर मेरा बेटा बैठा एमएलए साहब इसकी बेटी, सात आठ साल दियां दो मेरिया पोतियां छोटे बेटे की बच्ची, वह गीत गा रही सी, गीत कह दिया सी कि तो आ जाओ बादल जी बिजली दे कट सताउंदे, कि तो गर्मी डाढ़ी आ मच्छर पए बड़बड़ दंदियां खांदे बुढ़े बच्चे पए कर लाउंदे, किते आ जाओ बादल जी बिजली दे कट सताउंदे। सो इस करके पंजाब दे लोग तां इंतजार विच ने, तुसीं पहलां भी मान रखिया, और मैं समझदा कि आने वाला समा 11 तरीक नूं तुसीं कमल दे फुल दा बटन दबा के और साडे मित्र सलारिया जी नूं जिता के इस इलाके दीआं मुश्किलां नूं दूर करन दे विच हिस्सेदार बणोगे। बहुत बहुत धन्नवाद। वाहिगुरू जी का खालसा, वाहिगुरू जी की फतह।